ਦੋ ਮਹੀਨੇ ਦੀ ਗੱਬਣ, ਹੁਣ 6 ਦੰਦ ਆ ਬੱਕਰੀ। ਵਾਹ, ਬਾਹਲੀ ਚੰਗੀ ਕੁਆਲਿਟੀ ਬੱਕਰੀ ਹੈ ਜੀ। 38 ਹਾਈਟ ਹੈ, 50,000 ਰੁਪਏ ਮੰਗਿਆ ਜੀ ਆਹ ਬੱਕਰੀ। ਦੇਖੋ ਜੀ 40 ਪਲੱਸ ਹਾਈਟ ਹੈ ਬੱਕਰੀ ਦਾ। 40 ਪਲੱਸ ਹਾਈਟ, ਹਾਂ। 3 ਮਹੀਨੇ ਦੀ ਗੱਬਣ, ਪੁਰਾਣੀ ਨਸਲ ਆ, ਪਾਕਿਸਤਾਨੀ ਕੁਆਲਿਟੀ ਕਹਿੰਦੇ ਇਹਨੂੰ। ਇਹਦਾ 1,30,000 ਰੁਪਏ ਬਲੈਕ ਜੀ, ਬਾਹਲੀ ਚੰਗੀ ਕੁਆਲਿਟੀ। ਇਹਦਾ ਵੀ ਬੋਡੀ ਵੇਟ ਘੱਟ ਤੋਂ ਘੱਟ 90-95 ਕਿਲੋ ਆ। ਅਗਰ ਮੁੱਲ ਤਾਂ ਵੀ ਇਹਦਾ 60,000 ਰੁਪਏ ਹੁਣ ਵੀ ਦਿੰਦੇ ਆ ਜੀ। ਇਹਦਾ ਇੱਕ ਭਾਈ ਸੀ ਬੋਕ, ਜਿਹੜਾ ਤੁਹਾਨੂੰ ਦੱਸਿਆ ਉਦੋਂ 3 ਲੱਖ ਦਾ ਆਪਾਂ ਵੇਚਿਆ। ਇਹਦਾ ਭਾਈ ਸੀਗਾ, ਲੰਬਾਈ ਲੈਂਥ ਦੇਖ ਸਕਦੇ ਹੋ, ਹੱਥ ਨਹੀਂ ਪੂਰੇ ਆਉਂਦੇ ਪੂਰੇ ਬੱਕਰੀ ਦੇ ਦੋਨੋਂ ਪਾਸੇ। ਇਹ 44 ਪਲੱਸ ਹੈ ਜੀ, 45 ਦੇ ਕਰੀਬ ਹਾਈਟ ਆ, 6 ਦੰਦ, ਕੁਆਂਟਲ ਸਵਾ ਕੁਆਂਟਲ ਦਾ ਆਇਆ ਬੱਕਰਾ। ਇਹਦਾ ਬਾਈ ਪਾਰਸਲ ਵਾਲੇ ਗੱਲ ਕਰਾਂਗੇ, ਨੰਬਰ ਦੇ ਦਾਂਗੇ। ਊਂ ਫੋਨ 'ਤੇ ਲੋਕ ਫਿਰ ਬਾਲਾ ਸਵਾਦ ਲੈਂਦੇ ਆ। ਬਾਹਲੀ ਚੰਗੀ ਕੁਆਲਿਟੀ, ਨੱਕ ਨਕੋਰਾ ਤੋਂ, ਸਿੰਗੀ ਤੋਂ, ਪਤਲੇ ਪੇਟ ਵਾਲੇ, ਜਿਵੇਂ ਕਿ ਜਿਹਨੂੰ ਕਹਿੰਦੇ ਦੁੱਧ ਵਾਲੀਆਂ ਬੱਕਰੀਆਂ, ਜਿਹਦੇ ਕਹਿੰਦੇ 4 ਲੀਟਰ 5 ਲੀਟਰ ਦੁੱਧ ਦਿੰਦੇ ਆ ਬੱਕਰੀਆਂ, ਆਹ ਚੀਜ਼ ਦਿੰਦੀਆਂ ਨੇ ਜੀ। ਇਹ ਵਾਲੀ ਜਿਹੜੀ ਬੱਕਰੀ, ਇਹ 2 ਮਹੀਨੇ ਦੀ, ਹਾਂ 2 ਮਹੀਨੇ ਦੀ ਗੱਬਣ, ਹੁਣ 6 ਦੰਦ ਆ। ਦਿਖਾਓ ਮੜਾ ਜੀ, ਦੂਜੀ ਵਾਰ ਵਿਆਹੂਗਾ ਬੱਕਰੀ। ਵਾਹ, ਬਾਹਲੀ ਚੰਗੀ ਕੁਆਲਿਟੀ ਬੱਕਰੀ ਹੈ ਜੀ। 38 ਹਾਈਟ ਹੈ। ਉਮਰ ਕਿੰਨੀ ਇਹਦੀ? ਉਮਰ ਥੋੜਾ ਹੀ ਹੈ ਜੀ, ਇਹ ਤਾਂ ਹਲੇ 2-2.5 ਸਾਲ ਦਾ ਜੀ ਬੱਕਰੀ। 6 ਦੰਦ ਹੈ ਹਲੇ, ਫਸਟ ਟਾਈਮ ਸੁਣਾ ਇਹਨੇ? ਨਹੀਂ, ਦੂਜੀ ਵਾਰ ਸੂਗਾ ਜੀ। ਦੂਜੀ ਵਾਰੀ ਸੂਗਾ, ਹਾਂ ਦੂਸਰੀ। ਵਾਹ, ਬਾਹਲੀ ਚੰਗੀ ਕੁਆਲਿਟੀ। ਕੀ ਮੰਗਿਆ ਇਹਦਾ ਤੁਸੀਂ? ਇਹਦਾ 50,000 ਰੁਪਏ ਮੰਗਿਆ ਜੀ ਇਸ ਬੱਕਰੀ ਦਾ। ਹਾਂਜੀ, ਬੱਕਰਾ ਦਿਖਾ ਦਿਓ ਯਾਰ, ਬੱਕਰੀ ਦਿਖਾ। ਇੱਕ ਮਿੰਟ, ਆਹ ਵਾਲੀ ਦਿਖਾਓ। ਆਹ ਬੱਕਰੀ ਦੇਖੋ ਜੀ, 40 ਪਲੱਸ ਹਾਈਟ ਹੈ ਬੱਕਰੀ ਦਾ। 40 ਪਲੱਸ ਹਾਈਟ, ਹਾਂ। 3 ਮਹੀਨੇ ਦੀ ਗੱਬਣ ਆ ਵੀ। 3 ਮਹੀਨੇ ਦੀ ਗੱਬਣ, ਹਾਂ। ਤੀਜੀ ਵਾਰ ਵੀ ਆਊਗੀ? ਤੀਜੀ ਵਾਰੀ ਹੋ ਜੀ। ਹਾਂਜੀ, ਠੀਕ ਆ। ਲਓ ਜੀ, ਬੱਕਰੀ ਦੇਖ ਲਓ, ਸਜਾਈ ਵੀ ਬਹੁਤ ਸੋਹਣੀ ਆ ਤੇ ਬਾਹਲੀ ਚੰਗੀ ਕੁਆਲਿਟੀ ਜੀ। ਪੁਰਾਣੀ ਨਸਲ ਆ, ਪਾਕਿਸਤਾਨੀ ਕੁਆਲਿਟੀ ਕਹਿੰਦੇ ਇਹ, ਹਾਂ। ਪਾਕਿਸਤਾਨੀ ਆ, ਹਾਂ। ਪਾਕਿਸਤਾਨੀ ਕੁਆਲਿਟੀ, ਪਾਕਿਸਤਾਨੀ ਨਹੀਂ ਆ ਪਰ ਪਾਕਿਸਤਾਨੀ ਕੁਆਲਿਟੀ ਵੱਜਦੀ ਹੈ। ਇਹ ਵੱਜਦੀ ਪਾਕਿਸਤਾਨੀ ਹੈ ਨਹੀਂ ਜੀ, ਇਹ ਨਹੀਂ ਹੈ, ਇੰਡੀਆ ਨਹੀਂ। ਠੀਕ ਆ, ਲੈ ਵੀਰੇ, ਇਹਦਾ ਕੀ ਮੰਗਿਆ ਤੁਸੀਂ? ਇਹਦਾ 1,30,000 ਰੁਪਏ। 1,30,000? ਲਓ ਜੀ, 1,30,000 ਦਾ ਤੁਸੀਂ ਜਿਹੜਾ ਆ ਉਹ ਜਾਨਵਰ ਦੇਖ ਲਓ। ਬੋਡੀ ਵੇਟ ਵੀ ਘੱਟ ਹੋਗਾ ਲਗਭਗ ਜੀ, ਕੁਆਂਟਲ ਦੇ ਲਵੇ ਹੈ ਜੀ, 90-95 ਕਿਲੋ ਬੋਡੀ ਵੇਟ ਹੈ ਇਹਦਾ, 90-95 ਕਿਲੋ। ਹਾਂਜੀ, ਵਾਹ, ਇਹਨੇ ਇਹ ਤੰਗ ਹੋਇਆ ਸਾਡੇ ਵਰਗਿਆਂ ਤੋਂ। ਸੋ ਕੋਈ ਨਹੀਂ ਜੀ, ਇਹਨੂੰ ਐਨ ਕਰ ਲਾ ਮੇਰਾ ਵੀਰ, ਉਧਰ ਕਰ ਦੇ ਇੱਕ ਮਿੰਟ ਜੀ, ਆਹ ਦੇਖ ਇਧਰ, ਆਹ ਦੇਖ ਸਕਦੇ ਜੀ, ਆਹ ਜਾ ਬੱਕਰੀ ਦੇਖੋ ਜੀ, ਆਹ ਬਲੈਕ ਜੀ, ਬਾਲੀ ਜਾਂਗੇ ਕੁਆਲ। ਇਹਦਾ ਵੀ ਬੋਡੀ ਵੇਟ ਘੱਟੋ ਘੱਟ 90-95 ਕਿਲੋ ਆ। ਵਾਹ, 3 ਮਹੀਨੇ ਦੀ ਲੋਡ ਹੈ ਵੀ ਬੱਕਰੀ ਹੁਣ। ਅੱਛਾ ਜੀ, ਹਾਂ, 40 ਹਾਈਟ। ਅੱਛਾ ਜੀ, ਕੀ ਇਹਦਾ ਪ੍ਰਾਈਸ ਕੀ ਬੋਲਦੇ ਇਹਦਾ ਜੀ? ਇਹ ਬੱਕਰੀ ਦਾ ਥਾਨ ਜੀ ਇੱਕ ਖਰਾਬ ਹੋ ਗਈ ਸੀ, ਨਹੀਂ ਤਾਂ ਇੱਕ ਵੇਲੇ ਤਾਂ 1.5 ਲੱਖ ਰੁਪਇਆ ਲੱਗੇ ਸੀ, ਅਸੀਂ ਵੇਚੇ ਨਹੀਂ। ਬਾਅਦ 'ਚੋਂ ਇੱਕ ਥਾਨ ਖਰਾਬ ਹੋ ਗਈ ਜੀ, ਹੁਣ ਇਹਨੂੰ ਵੇਚਦੇ ਨਹੀਂ ਹੈ ਆਪਾਂ, ਰੱਖੇ ਹੋਏ ਆ ਬੱਕਰੀ, ਠੀਕ ਹੈ ਜੀ। ਹਾਂ, ਬਗੈਰ ਮੁੱਲ ਤੋਂ ਵੀ ਇਹਦਾ 60,000 ਰੁਪਏ ਹੁਣ ਵੀ ਦਿੰਦੇ ਆ ਜੀ, ਬਗੈਰ ਡਿਮਾਂਡ ਤੋਂ। ਬਗੈਰ ਡਿਮਾਂਡ ਦੇ ਵੀ 60,000 ਦਿੰਦੇ ਆਪਾਂ ਨੂੰ ਹੁਣ ਵੀ, ਹਾਂਜੀ, ਪਰ ਆਪਾਂ ਇਹਨੂੰ ਵੇਚਦੇ ਨਹੀਂ। ਤੁਸੀਂ ਵੇਚਦੇ? ਹਾਂ, ਠੀਕ ਆ। ਇਹਦਾ ਇੱਕ ਭਾਈ ਸੀ ਬੋਕ, ਜਿਹੜਾ ਤੁਹਾਨੂੰ ਦੱਸਿਆ ਉਦੋਂ 3 ਲੱਖ ਦਾ ਆਪਾਂ ਵੇਚਿਆ। ਇਹਦਾ ਭਾਈ ਸੀਗਾ ਉਹ, ਆਹ ਬੱਕਰੀ ਦਾ ਭਾਈ ਸੀ, ਇੱਥੇ ਹੀ ਆਪਣੀ ਮੰਡੀ 'ਚ ਵੇਚੀ ਸੀ ਅਸੀਂ, ਇਸ ਮੰਡੀ 'ਚ ਵੇਚੀ, ਹਾਂ, ਇਸੇ ਮੰਡੀ 'ਚ ਵੇਚਿਆ ਸੀ। ਅੱਛਾ, ਹਾਂ, 3 ਲੱਖ ਦਾ, ਹਾਂ। ਵਾਹ, ਇੱਕ ਹੋਰ ਲਿਆ ਬੱਕਰੀ ਜਮ, ਮੈਂ ਤੁਹਾਨੂੰ ਕੁਆਲਿਟੀ ਦੇ ਜਾਨਵਰ ਦਿਖਾ ਰਿਹਾ ਇਸ ਵੀਰ ਦੇ, ਕੁਆਲਿਟੀ ਦੇਖ ਸਕਦੇ ਹੋ ਜੀ, ਮੰਗ ਰਿਹਾ। ਲੰਬਾਈ ਲੈਂਥ ਦੇਖ ਸਕਦੇ ਹੋ, ਹੱਥ ਨਹੀਂ ਪੂਰੇ ਆਉਂਦੇ ਪੂਰੇ ਬੱਕਰੀ ਦੇ ਦੋਨੋਂ ਪਾਸੇ ਜੀ, ਅਗਰ ਮਾਣੀ ਹੈ ਤਾਂ। ਲਓ ਜੀ, ਇਹ ਵੀ 40 ਪਲੱਸ ਹਾਈਟ ਦੇ ਆ ਜੀ, ਇਹ 2.5 ਮਹੀਨੇ ਦੀ ਲੋਡ ਆ। ਇਹਨੂੰ ਐਨ ਕਰਿਓ ਜੀ ਮਾੜਾ ਜਿਹਾ ਮੂੰਹ ਇਹਦਾ। ਹਾਂਜੀ, ਵਾਹ,
ਕੰਨ ਦੇਖ ਸਕਦੇ ਆ ਤੋ ਕੁਆਲਿਟੀ ਬਾਲੀ ਚੰਗੀ ਕੁਆਲਿਟੀ ਸੋ ਕੁਆਲਿਟੀ ਆ ਆ ਔਰ ਜਾਨਵਰ ਤੁਸੀਂ ਦੇਖ ਲਓ ਹੁਣ ਤੇ ਇਸ ਟਾਈਮ ਗੱਬਣ ਹੈ ਜੀ ਜਦ ਬਣੂਗੀ ਫਿਰ ਦੱਸ ਦੂਗੀ ਕੁਛ ਹਾਂ ਫਿਰ ਤਾਂ ਤੋੜ ਨਹੀਂ ਹੁੰਦੀ ਬੱਕਰੀ ਤੋਂ ਹਾਂਜੀ ਹੁਣ ਤਾਂ ਅੱਧ ਗੱਬਣ ਹੈ ਇਹ ਅੱਧ ਗੱਬ ਹਾਂ ਠੀਕ ਆ ਇਹ ਦੂਜੀ ਵਾਰੀ ਸੁਣਾ ਕੇ ਤੀਜੀ ਵਾਰੀ ਇਹ ਤੀਜੀ ਵਾਰੀ ਸੂਗਾ ਜੀ ਇਹ ਵੀ ਤੀਜੀ ਵਾਰੀ ਹਾਂ ਆਪਾਂ 6 ਦੰਦ ਚ ਕ੍ਰੋਸ ਕਰਾਉਂਦੇ ਆ ਬੱਕਰੀ ਠੀਕ ਆ ਜੀ ਹਾਂਜੀ ਠੀਕ ਆ ਤੋ ਇਹ ਵੀ ਬੱਕਰੀ ਜਿਹੜੀ ਤੁਹਾਡੀ ਹਾਂਜੀ ਆ ਬੱਕਰਾ ਦਿਖਾ ਲਿਓ ਇਹ ਜ਼ਿਆਦਾ ਹਾਂ ਲੋ ਜੀ ਬੱਕਰਾ ਦੇਖੋ ਜੀ ਸੋ ਆ ਬੱਕਰਾ ਦੇਖ ਲਓ ਯਾਰ ਇਹਨਾਂ ਦਾ ਬੱਕਰਾ ਇਹ 44 ਪਲੱਸ ਹੈ ਜੀ 45 ਦੇ ਕਰੀਬ ਹਾਈਟ ਆ 6 ਦੰਦ ਆਪਣੇ ਬਰਾਬਰ ਦੰਦ ਵੀ ਦਿਖਾ ਸਕਦੇ ਹੋ ਕੋਈ ਚੱਕਰ ਨੀ ਆ ਲੋ ਜੀ ਆ ਦੰਦ ਦਿਖਾ ਸਕਦੇ ਹੋ ਨੰਬਰ ਦੇ ਦਾਂਗੇ ਹੁਣ ਤੇ ਲੋਕ ਫਿਰ ਬਾਲਾ ਸਵਾਦ ਲੈਂਦੇ ਆ ਹਾਂ ਉਹੀ ਜਾਨਵਰ ਅਗਲੇ ਦਾ ਤਕੜਾ ਆ ਬਾਈ ਤੇ ਅਗਲਾ ਕਹਿੰਦਾ ਕਿ ਨਹੀਂ ਆਪਾਂ ਵੀਡੀਓ ਚ ਭਾਅ ਨਾ ਦੱਸੀਏ ਤੇ ਵਧੀਆ ਤੇ ਜਾਨਵਰ ਹੋਰ ਵੀ ਆ ਬਾਈ ਇੱਕ ਦੋ ਹੋਰ ਲਿਆ ਸੋਹਣੇ ਜਿਹਾ ਸਾਫ਼ ਸੁਥਰੇ ਜਿਹਾ ਜਾਨਵਰ ਹੈ ਉਹ ਬੱਕਰੀ ਦਾ ਰੇਟ ਨੀ ਦੱਸਿਆ ਜਿਹੜੀ ਪਿਛਲੀ ਸੀ ਇਹਦਾ ਲੱਖ ਰੁਪਏ ਮੁੱਲ ਕਰਦੇ ਇਹ ਵਾਲੀ ਦਾ ਹਾਂਜੀ ਆਹ ਬੱਕਰੀ ਦਾ ਜੀ ਪਹਿਲਾਂ ਤੁਹਾਨੂੰ ਮੈਂ ਦਿਖਾ ਕੇ ਹਟਿਆ ਬੱਕਰੀ ਤੋਂ ਪਹਿਲਾਂ ਵੀਰ ਕਹਿੰਦਾ ਮੈਂ 1 ਲੱਖ ਰੁਪਈਆ ਲੈਣਾ ਇਹਦਾ ਲੈ ਵੀ ਬੱਕਰੀ ਦੇਖ ਉਹ ਤੇਰਾ ਕੰਮ ਨਹੀਂ ਕੋਈ ਵੀ ਤੂੰ ਪਰੇ ਰਹੀ ਯਾਰ ਲਓ ਜੀ ਕਿਸਾਨ ਵੀਰੋ ਤੁਸੀਂ ਜਾਨਵਰ ਦੇਖ ਲਓ ਬੰਦਾ 1 ਲੱਖ ਰੁਪਈਆ ਮੰਗ ਰਿਹਾ ਇਸ ਜਾਨਵਰ ਦਾ 1 ਲੱਖ ਰੁਪਈਆ ਕਿਆ ਬਾਤ ਹਾਂਜੀ ਅੱਗੇ ਲਿਆਓ ਬਾਈ ਕੋਈ ਹੋਰ ਤੇ ਆਹ ਜਾਨਵਰ ਦੇਖ ਲਓ ਇਹਨੂੰ ਜੀ ਲੋਹਾ ਕਲਰ ਵੱਜਦਾ ਲੈ ਯਾਰ ਬਾਹਲੀ ਚੰਗੀ ਕੁਆਲਿਟੀ ਨੱਕ ਨਕੋਰਾ ਤੋਂ ਸਿੰਘੀ ਤੋਂ ਪਤਲੇ ਪੇਟ ਵਾਲੇ ਜਿਵੇਂ ਜਿਹਨੂੰ ਕਹਿੰਦੇ ਦੁੱਧ ਵਾਲੀਆਂ ਬੱਕਰੀਆਂ ਜਿਹੜੇ ਕਹਿੰਦੇ 4 ਲੀਟਰ 5 ਲੀਟਰ ਦੁੱਧ ਦਿੰਦੇ ਆ ਬੱਕਰੀਆਂ ਆਹ ਚੀਜ਼ ਦਿੰਦੀਆਂ ਨੇ ਜੀ ਹਾਂ ਪਿੰਡਾ ਪਤਲੀ ਹੋਣੀ ਚਾਹੀਦੀ ਹੈ ਜਿਵੇਂ ਹਾਂ ਹੁਣ ਇਹ 3 ਮਹੀਨੇ ਦੀ ਗੱਬਣ ਆ ਇਹ 3 ਮਹੀਨੇ ਦੀ ਹਾਂ ਇਸ ਟਾਈਮ ਗੱਬਣ ਆ ਦੂਸਰੀ ਵਾਰੀ ਸੂਗੀ ਇਹ ਤੀਜੀ ਵਾਰੀ ਸੂਗੀ ਤੀਜੀ ਵਾਰੀ ਸੂਗੀ ਠੀਕ ਆ ਇਹਦਾ ਕੀ ਮੰਗ ਰਹੇ ਹੋ ਇਹਦਾ 50,000 ਰੁਪਏ ਮੰਗਦੀ ਇਹ ਬੀਟਲ ਹੈ ਹਾਂ ਬੀਟਲ ਹੀ ਹੈ ਜੀ ਸਾਰੇ ਬੀਟਲ ਚ ਹੀ ਆ ਬੀਟਲ ਦੇ ਵਿੱਚ ਤੁਸੀਂ ਦੇਖ ਲਓ ਵੀਰਾ 50,000 ਇਹਦਾ ਮੰਗ ਰਿਹਾ ਵੀਰ ਇਹ ਹਾਂ ਜਾਨਵਰ ਦੇ ਰੇਟ ਦੇ ਜਾਨੀ ਜਾਨਵਰ ਦੇ ਹਿਸਾਬ ਨਾਲ ਰੇਟ ਆ ਆ ਤਾਂ ਦਿਖਾਲ ਦਿੱਤੀ ਨਾ ਤੂੰ ਪਹਿਲਾਂ ਪਰ ਹਾਂਜੀ ਹਾਂਜੀ ਇਹ ਵੀ ਦਿਖਾ ਦਿਖਾ ਉਹ ਤਾਂ ਦਿਖਾਤੀ ਅੱਛਾ ਜੀ ਆ ਵੀ 40 ਪਲੱਸ ਹਾਈਟ ਹੈ ਜੀ ਇਹ ਵੀ ਤੀਜੀ ਵਾਰੀ ਸੂਗੀ ਹੁਣ ਜੀ ਆ ਜਿਹੜੀ ਹੈ ਹਾਂ 2.5 ਮਹੀਨੇ ਦੀ ਇਹ ਵੀ ਗੱਬਣ ਆ ਵਾਹ ਬਾਕੀ ਤੁਹਾਨੂੰ ਦੱਸ ਹੀ ਸਕਦੇ ਹਾਈਟ ਕਿੰਨਾ ਵਾ ਬੱਕਰੀ ਦਾ ਹਾਂ ਹਾਂਜੀ ਲੈ ਵੀ ਇਹ ਵੀਰ ਜਿਹੜਾ ਹੈ ਨਾ ਜਾਨਵਰ ਹੁਣ ਏਡੀਆਂ ਬੱਕਰੀਆਂ ਤੁਸੀਂ ਸਾਰੇ ਮੰਡੀ ਗਿਰਾ ਮਾਰ ਲਓ ਕਿੱਥੇ ਨਹੀਂ ਮਿਲ ਸਕਦਾ ਇਹ ਆਪਣੇ ਕੋਲੇ ਮਿਲੂਗੀ ਮੰਡੀਆਂ 'ਚ ਆ ਕੇ ਮਿਲਿਆ ਇਹ ਵੱਖਰੀ ਵੀਡੀਓ ਤੁਹਾਡੇ ਨਾਲ ਇਸੇ ਲਈ ਕਰ ਰਿਹਾ ਹਾਂ ਮੰਡੀ 'ਚ ਕਿਉਂਕਿ ਮੈਨੂੰ ਦੱਸਿਆ ਗਿਆ ਤੁਹਾਡੇ ਬਾਰੇ ਇੱਥੋਂ ਵੀਰਾਂ ਨੇ ਠੀਕ ਹੈ ਇਹ ਵੀਰ ਬਹੁਤ ਤਕੜਾ ਕਾਰੀਗਰ ਆ ਤੇ ਜਾਨਵਰ ਇਹਦੇ ਕੋਲ ਚੋਟੀ ਦੇ ਜਾਨਵਰ ਹੁੰਦੇ ਹਾਂਜੀ ਹਾਂਜੀ ਚੋਟੀ ਦੇ ਜਾਨਵਰ ਇਹ ਵੀਰ ਖਰੀਦਦਾ ਤੇ ਚੋਟੀ ਦੇ ਹੀ ਵੇਚਦੇ ਆ ਹਾਂਜੀ ਤੇ ਕਮਾਲ ਆ ਕਿਉਂਕਿ ਰੇਟ ਜੇ ਅਗਲਾ ਮੰਗਦਾ ਨਾ ਯਾਰ ਫਿਰ ਤੁਸੀਂ ਜਾਨਵਰ ਵੀ ਦੇਖੋ ਹਾਂ ਸੋ ਜਾਨਵਰ ਦੇ ਮੁੱਲ ਲੱਗਦਾ ਜੀ ਅਗਲੇ ਦੇ ਕਹਿਣ ਮੁਤਾਬਕ ਮੇਰਾ ਜਾਨਵਰ ਬਹੁਤ ਟੌਪ ਦਾ ਤੇ ਮੈਂ ਰੇਟ ਵੀ ਆਪਣਾ ਟੌਪ ਦਾ ਮੰਗਦਾ ਹਾਂ ਸੋ ਲਓ ਜੀ ਤੇ ਖਰੀਦ ਵੀ ਲੈਂਦੇ ਆ ਇਹ ਜੇ ਕਿਸੇ ਕੋਲ ਬਹੁਤ ਟੌਪ ਦਾ ਜਾਨਵਰ ਹੋਵੇ ਖਰੀਦਦੇ ਨਹੀਂ ਇਹਦੇ ਹਾਂ ਸਾਨੂੰ ਕੰਟੈਕਟ ਕਰ ਲਵੇ ਇਹਦਾ ਕੀ ਮੰਗਿਆ ਫਿਰ ਇਹਦਾ ਹਾਂਜੀ ਇਹਦਾ ਕੀ ਮੰਗਿਆ ਇਹਦਾ 70,000 ਰੁਪਏ ਜੀ ਲਓ ਜੀ ਇਹਦਾ 70,000 ਦੀ ਆਹ ਬੱਕਰੀ ਲਓ ਜੀ ਇਹਦਾ ਮੂੰਹ ਕਰਿਓ ਬਾਈ ਐਨ ਮਰ ਹਾਂ ਲਓ ਜੀ ਨੱਕ ਦੇਖ ਸਕਦੇ ਆ ਆਪਾਂ ਇਹਨੂੰ ਦੇਖ ਸਕਦੇ ਆ
ਇਹਨੂੰ ਨਾਗਰਾ ਕਲਰ ਹੀ ਵੱਜਦਾ। ਹਾਂ ਜੀ, ਸੋ ਸੋਹਣਾ ਮਤਲਬ ਸੋਹਣਾ ਮਤਲਬ ਹੈਗਾ ਆ। ਹਾਲਾਂਕਿ ਸਿੰਘ ਇੱਕ ਵੱਡਾ ਇੱਕ ਬਾਕੀ ਇੱਕ ਵਾਰੀ ਘੁਮਾ ਦਊਂ, ਬਾਕੀ ਜਾਨਵਰ ਤਾਂ ਬਹੁਤ ਖੜੇ ਆ ਤੇ ਮੈਂ ਇੱਥੇ ਸਿਰਫ ਤੁਹਾਨੂੰ ਆ ਦੇਖੋ ਪੱਠਾ ਦੇਖ ਸਕਦੇ ਹੋ ਇਹ ਦੇਖੋ ਪੱਠਾ ਦਾ ਕੁਆਲਿਟੀ ਦੇਖ ਸਕਦੇ ਹੋ ਇਹਨਾਂ ਦੀ ਕੁਆਲਿਟੀ ਬੱਚਿਆਂ ਦੀ ਹੈ। ਹਾਂ ਹਾਂ ਬੱਚੇ ਹੀ ਆ ਲੈ ਆਪਣੀਆਂ ਬੱਕਰੀਆਂ ਜੇ ਇਹ ਹੋ ਗਿਆ ਸਾਲ ਦੇ। ਹਾਂ ਸਾਲ ਦੇ ਬਸ ਤਕਰੀਬਨ 36 ਇੰਚ ਹਾਈ ਡੈਸਟ 36 ਇੰਚ। ਹਾਂ ਹਲੇ ਨਵੀਂ ਨਹੀਂ ਕਰਾਈ, ਜਿੰਨੀ ਜਦ ਤੱਕ ਆਪਾਂ 6 ਦੰਦ ਨਹੀਂ ਹੁੰਦਾ ਨਵੀਂ ਨਹੀਂ ਕਰਾਉਣੇ। ਅੱਛਾ ਜੀ, ਫਿਰ ਉਹ ਬੱਕਰੀ ਕੱਦ ਨਹੀਂ ਕਰਦਾ, ਨਾ ਕੱਦ ਕਰਦਾ ਨਾ ਵਜਨ ਕਰਦਾ। ਹਾਂ ਫਿਰ ਉਹਨਾਂ ਦੀ ਹਾਈਟ ਛੋਟੀ ਰਹਿ ਜਾਂਦੀ ਹੈ। ਹੋਰ ਕੀ ਖਿਆਲ ਰੱਖਦੇ ਹੋ ਤੁਸੀਂ ਆਪਣੀਆਂ ਬੱਕਰੀਆਂ ਦਾ? ਆਪਣੇ ਆ ਬੱਕਰੀਆਂ ਜਿਵੇਂ ਜੀ ਮਤਲਬ ਦੇਖੋ ਇਹਨੂੰ ਟਾਈਮ ਤੇ ਟ੍ਰੀਟਮੈਂਟ ਚਾਹੀਦਾ ਜੀ, ਟਾਈਮ ਤੇ ਵੈਕਸੀਨ ਚਾਹੀਦਾ ਤੇ ਹਾਂ ਟਾਈਮ ਤੇ ਹਰੇਕ ਦਵਾਈ ਕਰੇ, ਪਸ਼ੂ ਆਪਣਾ ਟੁੱਟਦਾ ਨੇ। ਲੋਕ ਕਹਿੰਦੇ ਨਾ ਹੁਣ ਮੈਂ 2 ਲੱਖ ਦਾ 5 ਲੱਖ ਦਾ ਪਸ਼ੂ ਲੈ ਲਿਆ, ਆਪਣੇ ਕੋਲ ਤਾਂ ਇਹੋ ਜਿਹਾ ਬਣਦਾ ਹੀ ਨਹੀਂ, ਇਕੱਲਾ 5 ਲੱਖ ਰੁਪਇਆ ਖਰਚਣ ਨਾਲ ਨਹੀਂ ਗੱਲ ਬਣਦੀ ਆ। ਠੀਕ ਹੈ ਜੀ, ਉਹਨੂੰ ਟਾਈਮ ਤੇ ਟ੍ਰੀਟਮੈਂਟ ਦਿਓ, ਟਾਈਮ ਤੇ ਦਵਾਈ ਕਰੋ, ਹਾਂ ਟਾਈਮ ਤੇ ਖੁਰਾਕ ਦਿਓ। ਠੀਕ ਹੈ ਜੀ, ਇਹ ਖੁਰਾਕ ਤਾਂ ਪਾਉਂਦੇ ਨਹੀਂ। ਤੋ ਜਿਹੜਾ ਬੰਦਾ ਮਤਲਬ ਚਾਹੁੰਦਾ ਆ ਵੀ ਜਾਨਵਰ ਫਿਰ ਟੌਪ ਦਾ ਬਈ ਉਹ ਇਹਨਾਂ ਕੋਲੋਂ ਹਨਾ, ਜਦੋਂ ਟੌਪ ਦਾ ਜਾਨਵਰ ਲੈਂਦੇ ਆ ਤੇ ਟੌਪ ਦੀ ਸੰਭਾਲ ਕਰਨ ਦੀ ਤਰੀਕੇ ਕੀ ਆ ਉਹ ਵੀ ਬਈ ਇਹਨਾਂ ਕੋਲ। ਜਿਵੇਂ ਆਪਾਂ ਹੁਣ ਉਹ ਦੇ ਛੋਟਾ ਜਿਹਾ ਪਿਆਰਾ ਜਿਹਾ ਬੱਚਾ ਬੈਠਾ ਆ ਹੈ, ਉਹ ਉਹ ਕਿਹਦਾ ਆ? ਇਹਦਾ ਆ ਜਿਹੜੀ ਆ ਬੱਕਰੀ ਦੀ ਆ ਬੱਕਰੀ ਦੀ। ਅੱਛਾ, ਉਹ ਇਸ ਬੱਕਰੀ ਦਾ ਆ ਜਿਹੜੀ ਆ ਆ ਪੱਠ ਦੇਖ ਸਕਦੇ ਹੋ, 3 ਮਹੀਨੇ ਦੀ ਪੱਠ ਹੈ। ਫਿਰ ਕੁਆਲਿਟੀ ਦੇਖੋ, ਹਾਂ ਕੁਆਲਿਟੀ ਦੇਖੋ, ਨੱਕ ਨਕੋਰਾ ਦੇਖੋ, ਅਸਲੇ 3 ਮਹੀਨੇ ਦੀ ਹੈ, ਗਾਂ ਜਾ ਕੇ ਕੀ ਬਣੂਗੀ? ਹਾਂ 3 ਮਹੀਨੇ ਕੰਨਾਂ ਤੋਂ ਲੈਂਦੇ ਦੇਖੋ, ਹੈ 3 ਮਹੀਨੇ ਦਾ ਜਾਨਵਰ ਆਇਆ, ਕਿਆ ਬਾਤ! ਕੋਈ ਮਤਲਬ ਕੋਈ ਦਵਾਈਆਂ ਦਵਾਈਆਂ ਤਾਂ ਨਹੀਂ ਇਦਾਂ ਦੀਆਂ ਬਾਈ ਦੇਈ ਜਾਂਦੇ ਜੇ ਤਕੜੇ ਹੋ ਜਾਣ ਜਾਨਵਰ? ਨਹੀਂ ਨਹੀਂ, ਇਕੱਲੇ ਦਵਾਈਆਂ ਨਾਲ ਵੀ ਨਹੀਂ ਗੱਲ ਬਣਦਾ, ਤੁਹਾਨੂੰ ਦੱਸ ਜਾਂਦਾ ਟਾਈਮ ਤੇ ਇਹਨਾਂ ਦੀ ਵੈਕਸੀਨ ਹੋਣਾ ਮੰਗਦਾ ਜੀ। ਜੀ ਹਾਂ, ਵੈਕਸੀਨੇਸ਼ਨ ਔਰ ਇੱਕ ਖੁਰਾਕ ਨਾਲ ਇਹਨਾਂ ਦੀ ਗੱਲ ਨਹੀਂ ਬਣਦੀ, ਇਹਨਾਂ ਨੂੰ ਖੁਰਾਕ ਚਾਹੀਦਾ ਜਿਵੇਂ ਨਵੇਂ ਤੋਂ ਨਵੇਂ ਆਈਟਮ ਮਿਲੇ। ਹੁਣ ਲੋਕ ਘਰੇ ਜਾ ਕੇ ਫਾਰਮਾਂ 'ਚ ਕੀ ਕਰਦੇ, ਡੇਲੀ ਸਵੇਰ ਸ਼ਾਮ ਇੱਕ ਟਾਈਮ ਪੱਠੇ ਪਾ ਦਿੰਦੇ, ਇੱਕ ਟਾਈਮ ਸੁੱਕਾ ਪਾ ਦਿੰਦੇ, ਇਕੱਲਾ ਸੁੱਕਾ ਨਾਲ ਵੀ ਨਹੀਂ ਗੱਲ ਬਣਦਾ, ਇਕੱਲੇ ਪੱਠੇ ਨਾਲ ਨਹੀਂ ਗੱਲ ਬਣਦਾ। ਇਹਨਾਂ ਨੂੰ ਕਈ ਵੇਲੇ ਜਿਵੇਂ ਆਹ ਡੇਕ ਵੀ ਪਾਉਣਾ ਹੁੰਦਾ, ਦਰਖਤ ਵੀ ਪਾਉਣਾ ਹੁੰਦਾ, ਗੇੜਾ ਵੀ ਕਟਾਉਣਾ ਪੈਂਦਾ, ਫਿਰ ਪਸ਼ੂ ਦਾ ਸਿਹਤ ਹਾਲ ਠੀਕ ਹੀ ਰਹਿੰਦਾ। ਆਹ ਵੀਰ ਦੀਆਂ ਗੱਲਾਂ ਬਾਤਾਂ ਤੁਸੀਂ ਸੁਣੀਆਂ, ਜਾਨਵਰ ਇਹਦੇ ਤੁਸੀਂ ਦੇਖ ਲੈ ਵੀਰੇ। ਨਾਂ ਕੀ ਤੁਹਾਡਾ? ਰਮਜ਼ਾਨ ਅਲੀ। ਰਮਜ਼ਾਨ ਅਲੀ, ਕਿੱਥੋਂ ਆਏ ਤੁਸੀਂ? ਅਸੀਂ ਮੁੱਲਾਪੁਰ ਦਾਖੇ ਹੀ ਆ। ਇੱਥੋਂ ਨਹੀਂ ਆ ਤੁਸੀਂ? ਹਾਂ ਇੱਥੋਂ। ਤੇ ਰਮਜ਼ਾਨ ਅਲੀ ਵੀਰਾ ਜਿਹੜਾ ਆ ਦੇਖੋ ਮੁੰਡੇ ਦੇ, ਇਹਦਾ ਮਿਹਨਤ ਦੇਖੋ ਇਸ ਵੀਰ ਦੀ। ਗੱਲ ਆ ਕਿ ਮਿਹਨਤ ਆ ਤੇ ਮਿਹਨਤ ਦਾ ਮੁੱਲ, ਠੀਕ ਆ? ਬਿਲਕੁਲ ਬਾਈ, ਤੂੰ ਆਪਣਾ ਨੰਬਰ ਜਿਹੜਾ ਹਨਾ ਬੋਲ ਦਿਓ ਇੱਕ ਵਾਰੀ ਫੇਰ। ਹਾਂ ਤੁਸੀਂ ਬਾਕੀ ਸਕਰੀਨ ਤੇ ਪਾ ਦਿਓ 9915308336 9915308336 ਲਓ ਜੀ, ਵੀਡੀਓ ਦੇ ਵਿੱਚ 9915308336 ਇਹ ਜਿਹੜਾ ਨੰਬਰ ਪਹਿਲਾਂ ਡਿਸਪਲੇ ਕਰ ਰਿਹਾ ਸੀਗਾ ਵੀਡੀਓ 'ਚ, ਉਹ ਇਸ ਵੀਰ ਦਾ ਆ ਸਾਰੀ ਵੀਡੀਓ ਦੇ ਵਿੱਚ। ਹੁਣ ਜਿਹੜਾ ਥੱਲੇ ਆ ਵੀਡੀਓ ਤੇ ਚੱਲ ਰਿਹਾ ਨਾਲ ਲਿਖਿਆ PR ਪੰਜਾਬ, ਉਹ ਸਾਡਾ ਨੰਬਰ ਆ। ਤੋ ਜਿਹੜੇ ਵੀਰ ਕੋਈ ਵੀਡੀਓ ਬਣਵਾਉਣਾ ਚਾਹੁੰਦਾ ਉਹ ਸਾਡੇ ਨਾਲ ਉਹੀ ਸੰਪਰਕ ਕਰੇ, ਜਾਨਵਰਾਂ ਬਾਰੇ ਉਹ ਇਹਨਾਂ ਨੂੰ ਪਤਾ ਆ, ਤੁਸੀਂ ਇਹਨਾਂ ਨਾਲ ਕਰ ਸਕਦੇ ਆ। ਔਰ ਰਹੀ ਗੱਲ ਜਿਹੜੀ ਤੁਸੀਂ ਵੀਡੀਓ ਤੁਹਾਨੂੰ ਪਸੰਦ ਆਈ ਹੋਵੇ ਤੇ ਤੁਸੀਂ ਬਈ ਇਹਨੂੰ ਲਾਈਕ ਵਾਲਾ ਬਟਨ ਦੱਬ ਕੇ ਅੱਗੇ ਗਾਂ ਸ਼ੇਅਰ ਜ਼ਰੂਰ ਕਰ ਦਿਓ। ਕਿਸਾਨ ਵੀਰਾਂ ਨਾਲ ਕਰਿਓ, ਜਾਨਵਰਾਂ ਦਾ ਸ਼ੌਕ ਰੱਖਣ ਵਾਲੇ ਲੋਕਾਂ ਨਾਲ ਕਰੋ, ਔਰ ਹਾਂ ਬੱਚਿਆਂ ਨੂੰ ਵੀ ਜ਼ਰੂਰ ਭੇਜੋ। ਬੱਚਿਆਂ ਨੂੰ ਇਹ ਚੀਜ਼ਾਂ ਬਹੁਤ ਪਸੰਦ ਆਉਂਦੀਆਂ ਕਿ ਇਹੋ ਜਿਹੀਆਂ ਵੀਡੀਓਜ਼ ਹਨਾ, ਸੋ ਉਹਨਾਂ ਨੂੰ ਸ਼ੌਕ ਪੈਦਾ ਹੋਵੇ ਜਾਨਵਰਾਂ ਦਾ। ਤੋ ਆਪਾਂ ਇਹਨੂੰ ਪਸ਼ੂ ਧਨ ਜਿਹੜਾ ਹੈਗਾ ਆ ਜਾਂ ਪਸ਼ੂਆਂ ਦਾ ਪਸ਼ੂ ਪਾਲਣ ਦਾ ਜਿਹੜਾ ਕਿੱਤਾ ਇਹਨੂੰ ਬਚਾ ਸਕਦੇ ਹਾਂ, ਵਧਾ ਸਕਦੇ ਹਾਂ, ਹੋਰ ਵਿਕਸਿਤ ਕਰ ਸਕਦੇ ਹਾਂ ਪੰਜਾਬ 'ਚ। ਸੋ ਬਹੁਤ ਬਹੁਤ ਧੰਨਵਾਦ ਜੀ, ਜੁੜੇ ਰਹੋ PR ਪੰਜਾਬ ਨਾਲ। ਪਹਿਲੀ ਵਾਰੀ ਆਏ ਹੋ ਸਬਸਕ੍ਰਾਈਬ ਕਰਨਾ ਨਾ ਭੁੱਲਣਾ,
ਤੇ ਵੀਡੀਓ ਨੂੰ ਅੱਗੇ ਸ਼ੇਅਰ ਜ਼ਰੂਰ ਕਰ ਦਿਓ ਜੀ। ਧੰਨਵਾਦ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਬਾਈ, ਸਤਿ ਸ਼੍ਰੀ ਅਕਾਲ ਜੀ।